ਜਿਹੜੀ ਮੇਨ ਗੱਲ ਹੈ ਤਾਂ ਮੈਂ ਤੁਹਾਨੂੰ ਦੱਸੀ ਕੋਈ ਨਹੀਂ, ਕਿਉਂਕਿ ਮਸ਼ੀਨ ਜਿਹੜੀ ਮੇਰੀ ਹੈ ਨਾ ਜੀ ਉਹ ਖਰਾਬ ਬਾਹਰਲੇ ਪਲਾਟ 'ਤੇ ਜੀ ਮੈਂ ਪਹੁੰਚ ਆਈ ਹਾਂ ਔਰ ਪਾਣੀ ਮੀਂਹ ਸਬਰ ਦਵਾ ਦਿੱਤਾ, ਹੁਣ ਜਿਹੜੇ ਕੰਮ ਵਾਸਤੇ ਆਈ ਹਾਂ ਉਹ ਕਰਨੇ ਸਭ ਤੋਂ ਪਹਿਲੇ ਵੈਲਕਮ ਵੈਲਕਮ ਅਲਹਮਦੁਲਿਲਾ ਜੀ, ਨਾਸ਼ਤਾ ਜਿਹੜਾ ਨਾ ਜੀ ਉਹ ਕਰ ਲਿਆ ਹੋਇਆ ਅਤੇ ਅੱਜ ਨਾਸ਼ਤਾ ਬਣਾਇਆ ਜੀ ਇੱਥੇ ਬਹਿ ਕੇ। ਮੈਂ ਉਸ ਜਿਹੜਾ ਧੂੰਆਂ ਹੋਵੇਗਾ ਜੀ ਬਾਹਰ ਜਾਵੇਗਾ, ਉੱਥੇ ਰੱਖਦੇ ਰਹੇ ਚੁੱਲ੍ਹਾ ਤਾਂ ਧੂੰ ਸਾਰਾ ਜਾਣਾ, ਟੀ ਵੀ ਲੱਗ ਜਾਂਦਾ ਹੈ ਉੱਥੇ, ਸਨੈਣ ਇੱਧਰ ਸੁੱਕਾ ਪੈਂਦਾ ਨਾ ਤਾਂ ਉਹਨੂੰ ਮੇਰੇ ਰੱਖਾ ਜੋ ਬੰਦਾ ਦੁੱਧ ਲਾਵੇ ਉੱਥੇ ਰੱਖ ਦਿੱਤਾ ਕਰਨ ਵਾਸਤੇ। ਮਾਸ਼ਾ ਅੱਲਾਹ ਭਾਈ ਸਾਹਿਬ ਜਿਹੜਾ ਜੀ ਦੁੱਧ ਮੀਆਂ ਸਾਹਿਬ ਨੇ ਸਭ ਤੁਸੀਂ ਖਾ ਲੈਂਦੇ ਨਾ, ਲੇਕਿਨ ਰੇਟ ਉਹਨਾਂ ਯਕਦਮ 20 ਰੁਪਏ ਸੇਬ ਵਗੈਰਾ ਚੁੱਕ ਦਿੱਤੇ ਨੇ, ਅਤੇ ਅਗਰ ਖਾਲਾ ਸਿਆਣਾ ਤਾਂ ਫਿਰ ਘੱਟ ਬਹੁਤ ਜ਼ਿਆਦਾ ਲੱਗਦੇ ਨੇ, ਅਤੇ ਅਸੀਂ ਆਖਿਰ ਚਲੋ ਨਾ ਪਾਣੀ ਆ ਦਿਓ ਜਿਹੜੇ ਨਾਲ ਬੱਚੇ ਰੁੱਟ ਕੇ ਆਏ ਡਾਕਟਰ ਨੇ ਪਾਣੀ ਆ ਦਿਓ ਤੁਸੀਂ ਨਹੀਂ ਸੀਗਾ ਕਿ ਮੇਰਾ ਬੱਚੇ ਇੰਨਾ ਖਰਾਬ ਹੋ ਸਕੇ, ਇਸ ਵਾਸਤੇ ਫਿਰ 20 ਜਿਹੜੇ ਉੱਤੇ ਭਰ ਦਿੱਤੇ ਨੇ ਕਿਲੋ ਮੰਗਵਾ ਲਾਂਗੇ, ਮਹੀਨੇ ਦਾ ਤਕਰੀਬਨ 2-3 ਹਜ਼ਾਰ ਵੱਧ ਪੈਣਾ, ਅਤੇ ਫਿਰ ਇੰਨਾ ਉਹ ਦੁੱਧ ਦੇਗਾ ਖਾਲਸ। ਅਤੇ ਅੱਜ ਜਿਹੜਾ ਸਨੈਣ ਇੱਧਰ ਉਹਦੇ ਨਾਲ ਇੱਕ ਦੁਕਾਨ ਲਾਇਆ, ਸੁਬਹਾ ਉਹਦੇ ਨਾਲ 4-5 ਜਿਵੇਂ ਦੁੱਧ ਜਵਾਕ ਕਰਦਾ ਨਾ ਉੱਠ ਪੈਦਾ, ਜਿਵੇਂ 4-5 ਦਿੰਦਾ ਨਾ ਉੱਠ ਪੈਦਾ ਅਤੇ ਹੁਣ ਜਿਹੜਾ ਹੁੰਦਾ ਅੱਜ ਤਾਂ ਜੱਲੀ ਆ ਜੇ ਦੇਖੇ ਅੱਜ ਮਾਸ਼ਾਅੱਲਾ ਜੱਲੀ ਜੀ, ਬਹੁਤ ਹੀ ਸਕੂਨ ਨਾਲ ਸੁੱਤਾ ਗਿਆ, ਤਕਰੀਬਨ 1.5 ਘੰਟੇ ਹੋ ਗਿਆ ਸੁੱਤੇ ਨੂੰ, ਸਫਾਈ ਵੀ ਕਰਦੀ ਹੋਈ ਹੈ, ਨਾਸ਼ਤਾ ਬਣਾ ਲਿਆ ਰਾਹੀਂ ਸੁੱਤਾ ਪਿਆ, ਹੁਣ ਜਿਹੜਾ ਇਹਨਾਂ ਨੂੰ ਚੁੱਕ ਕੇ ਨਾ ਮਾਲਿਸ਼ ਕਰਨੀ ਆ ਔਰ ਉਸ ਤੋਂ ਬਾਅਦ ਨਵਾ ਕੇ ਫਿਰ ਜੱਲੀ ਜਵਾਉਣਾ। ਹਾਂ ਐਜ਼ਾ ਆਈਡੀਆ ਜੀ। ਅੱਛਾ ਜਲਦੀ ਕਰ, ਇਹ ਬਰਤਨ ਥੋੜ੍ਹੇ ਜਿਹੇ ਧੋ ਕੇ ਨਾ ਅਤੇ ਕੰਮ ਲਿਖਿਆ ਬਾਹਰ, ਫਿਰ ਮੈਂ ਕੱਪੜੇ ਵੀ ਧੋ ਲਏ ਸਾਂ ਔਰ ਤੇਰੇ ਬਾਈ ਦਾ ਵੀ ਕਰ ਲਏ ਸਾਂ। ਬਾਕੀ ਦੇ ਕੱਪੜੇ ਜਿਹੜੇ ਨੇ ਜੀ ਉਹ ਮੈਂ ਘਰ ਸਾਰੇ ਧੋ ਲਏ ਹੋਏ ਹਨ, ਲੇਕਿਨ ਮੀਆਂ ਸਾਹਿਬ ਔਰ ਮੁਹੰਮਦ ਬਿਲਾਲ ਰਾਤ ਨੂੰ ਕੱਪੜੇ ਲੈ ਆਉਣਾ ਉਹ ਧੋਵੇ ਆਏ ਨੇ, ਔਰ ਉਸ ਤੋਂ ਬਾਅਦ ਜਿਹੜਾ ਮੈਂ ਮੁਹੰਮਦ ਬਿਲਾਲ ਦਾ ਸੂਟ ਸਿਲਾਈ ਕਰਨਾ, ਉਹ ਮੈਂ ਕਟਾਈ ਦਾ ਕਰਾਂਗੀ ਅਗਰ ਮੇਰੇ ਕੋਲ ਟਾਈਮ ਹੋਇਆ, ਅਤੇ ਉਹਨਾਂ ਨੂੰ ਇੱਕ ਜਿਹੜੇ ਨੂੰ ਮੈਂ ਨਾਲ ਲੈ ਕੇ ਜਾਵਾਂਗੀ ਜਾਂ ਉਹਦੇ ਪਾਪਾ ਨੇ ਜਾਂ ਬਿਲਾਲ ਨੂੰ ਬਾਜ਼ਾਰ, ਕਿਉਂਕਿ ਰੀਲ ਹੈ ਉਹਦੇ ਨਾਲ ਦਿਉੜੀ ਪਾਉਣੀ ਹੈ ਔਰ ਉਸ ਤੋਂ ਇਲਾਵਾ ਕਾਲਰ ਚੇਪੀ ਵਗੈਰਾ ਸਭ ਕੁਛ, ਅਤੇ ਜੇ ਅਗਰ ਨਾ ਟਾਈਮ ਹੋਇਆ ਤਾਂ ਫਿਰ ਸੁਬਹਾ ਜਾਵਾਂਗੀ, ਅੱਜ ਕਟਾਈ ਕਰਕੇ ਰੱਖ ਦੇਵਾਂਗੀ ਸੁਬਹਾ ਸਿਲਾਈ ਕਰਾਂਗੀ। ਹਾਂ ਜਿਹੜੀ ਮੇਨ ਗੱਲ ਹੈ ਤਾਂ ਮੈਂ ਤੁਹਾਨੂੰ ਦੱਸੀ ਕੋਈ ਨਹੀਂ, ਕਿਉਂਕਿ ਮਸ਼ੀਨ ਜਿਹੜੀ ਮੇਰੀ ਹੈ ਨਾ ਜੀ ਉਹ ਖਰਾਬ ਹੋ ਗਈ, ਉਹਦੀ ਲੀਡ ਅਗਰ ਲੱਖ ਇੱਥੋਂ ਮਿਲ ਗਈ ਤਾਂ ਫਿਰ ਸੂਟ ਜਿਹੜਾ ਸੁਬਹਾ ਸਿਲਾਈ ਹੋ ਸੀ, ਅਗਰ ਨਾ ਮਿਲੀ ਤਾਂ ਫਿਰ ਘਾੜੇ 'ਚ ਸ਼ਾਇਦ ਲੈਣੀ ਪਵੇ। ਹਾਂਜੀ ਬਿਲਾਲ ਦਾ ਸੂਟ ਔਰ ਮੀਆਂ ਸਾਹਿਬ ਦਾ ਸੂਟ ਦੋਵੇਂ ਮੈਂ ਸਰਫ ਵੇਖ ਕੇ ਰੱਖ ਦਿੱਤੇ ਹੋਏ ਨੇ ਕੱਪੜੇ, ਔਰ ਥੋੜ੍ਹੀ ਦੇਰ ਪਹਿਲਾਂ ਸਿਣਨਾ ਫਿਰ ਦੋਵਾਂ 'ਚ ਆਸਾਨੀ ਹੋ ਜਾਸੀ, ਔਰ ਇਹ ਸ਼ਰਟਾਂ ਜਿਹੜੀਆਂ ਕਾਫੀ ਮੈਲੀਆਂ ਹੀ ਮੈਂ ਫਿਰ ਰੱਖ ਦਿੱਤੀਆਂ ਨੇ, ਮੈਂ ਕਹਿੰਦਾ ਬਾਅਦ ਦੋਵਾਂ ਸੀਗੇ, ਔਰ ਹੁਣ ਜਿਹੜਾ ਨਾ ਚੱਲ ਕੇ ਸਨੈਣ ਦਰ ਨੂੰ ਕੱਢ ਕੇ ਬਾਹਰ ਤੋਂ ਉਹਦੀ ਗੱਲ ਨੇ ਮਾਲਿਸ਼, ਔਰ ਉਸ ਤੋਂ ਬਾਅਦ ਇਹ ਕਿਆ ਹੋ ਰਿਹਾ ਨਾ ਮੇਕਅਪ ਨਹੀਂ ਕਰਨਾ ਛੋੜੋ ਬੇਟਾ ਨਹੀਂ ਮੇਰੀ ਜਾਨ। ਹਾਂਜੀ ਸਨੈਣ ਦਾ ਜਿਹੜਾ ਨਾ ਉਹਨੂੰ ਗੀ ਮਾਰ ਕੇ ਨਾ ਮਾਲਿਸ਼ ਕੀਤੀ ਹੈ, ਅਤੇ ਉਹਨੂੰ ਮੈਂ 4-5 ਪਾ ਦਿੱਤਾ, ਲੇਕਿਨ ਫਾਇਦਾ ਰੋਣ ਲੱਗ ਪਈ ਹੈ, ਮੈਨੂੰ ਦੁੱਧ ਚਾਹੀਏ, ਉਹਨਾਂ ਦੁੱਧ ਜਿਹੜਾ ਨੇ ਇੱਥੇ ਰੱਖ ਦਿੱਤਾ, ਮੈਂ ਉਸਨੂੰ ਠਾਲ ਦੇਵੇ ਪੱਖੇ 'ਤੇ, ਫਿਰ ਜਿਹੜੇ ਦੋ ਕੇ ਰੱਖਿਆ ਟੀ ਵੀ ਚਲਾਉਣਾ ਮੈਨੂੰ ਨਹੀਂ ਵੱਲ ਦਾ, ਤੇਰੀ ਆਪੇ ਸਰਾਉਣਾ ਆ ਜਾਂਦੀ ਇਹਦਾ, ਬੱਚਿਆਂ ਦੇ ਨਾਲ ਜਿਹੜਾ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੈ, ਚੈੱਕ ਕਰਨ ਲੱਗੀ ਹੈ, ਔਰ ਇਹਦੇ ਮੈਂ ਇਸ ਲਈ ਲਾਈ ਹੈ, ਮੈਂ ਕਹਿਣਾ ਉਹ ਲਾ ਲਿਆ ਸੂਟ ਲਾਉਂਦੇ ਇਸ ਲਈ ਕਰਾ ਲਵਾਂ, ਬੱਚਿਆਂ ਦੇ ਵਿੱਚ ਟਾਈਮ ਮੈਂ ਮੁਸ਼ਕਿਲ ਨਾਲ ਕੱਢਣਾ ਪੈਣਾ, ਵਰਨਾ ਟਾਈਮ ਨਿਕਲਣਾ ਕੋਈ ਸਿਲਾਈ ਕਰਨ ਦਾ। ਆਹ ਵਾਲਾ ਸੂਟ ਹੈ ਜੀ ਮੁਹੰਮਦ ਬਿਲਾਲ ਦਾ, ਔਰ ਇਹਨੂੰ ਇਸਤਰੀ ਕਰਨੀ ਆ, ਫਿਰ ਇਹਦੀ ਨਾਲ ਕਿੰਨੀ ਕਿ ਲਿਆ ਕੇ ਸਿਲਾਈ ਕਰਾਂਗੀ। ਮਾਸ਼ਾਅੱਲਾ ਬੜਾ ਪਿਆਰਾ ਕਲਰ ਹੈ, ਕਾਫੀ ਸਾਰਾ ਕਟਿਆ।
ਪੰਜਾਬ ਦੇ ਸਕੂਲ ਨੇ ਉਹ ਮੈਂ ਪਟਾਈ ਕਰਨ ਲੱਗੀ ਹਾਂ। ਉੱਥੇ ਦਿੱਤਾ ਸੀ ਆਪੇ ਨੂੰ ਵੀ ਦਰਦੀ ਦੇ ਵੀ ਜਿੰਨੇ ਮੈਂ ਦਿੱਤਾ ਕੋਈ ਨਹੀਂ ਆ ਮੈਂ ਫੋਨ ਦੁਬਾਰਾ ਫਿਰ ਦਰਦੀ ਨੂੰ ਦੇਵਾਂ ਨਾ। ਅਤੇ ਉਹਦਾ ਤਕਰੀਬਨ 10-15 ਦਿਨ ਲਾ ਰਹੇ ਲੇਬਰ ਦੇ ਅਤੇ ਸਰਗਰਮੀ ਹੋਏ ਨਿਕਲਦੀ ਪਈ ਹੈ ਅਤੇ ਉਹਨੇ ਲਾਲ ਪਾਉਣਾ ਕਿਤੇ ਹੈਗੇ ਸੀ ਕੋਈ ਪਾਉਣ ਵਾਸਤੇ ਨਾ ਚੱਲ ਫਿਰ ਮੈਂ ਬਾਹਰ ਸਿਲਾਈ ਕਰ ਲੈਂਦੀ ਹਾਂ। ਅਤੇ ਕੱਲ੍ਹ ਮਸ਼ੀਨਾਂ ਵਾਲੇ ਕੋਲ ਟਾਈਮ ਨਿਕਲੀ ਹੋਇਆ ਅਤੇ ਟਾਈਮ ਥੋੜ੍ਹਾ ਜਿਹਾ ਕੋਲ ਆ ਕੇ ਇਹਨਾਂ ਕੋਲ ਥੋੜ੍ਹਾ ਟਾਈਮ ਕੱਢੋ ਮੇਰੇ ਵਾਸਤੇ ਕੋਈ ਕਿਹੜੀ ਮੈਂ ਜੀ ਇਹ ਬਰਦਾਵਾਂ ਬਾਜ਼ੂ ਦੇ ਨਾਲ ਹੁੰਦੀ ਹੈ ਇਸ ਤਰ੍ਹਾਂ ਕਟਾਈ ਕਰੀਦੀ ਹੈ। ਇੱਥੇ ਲੱਗ ਰਹੀ ਜੀ ਬਟਨਾਂ ਵਾਲੀ ਫੱਟੀ ਜਿਹੜੀ ਇਹ ਹੈ ਵਾਲੀ ਹੈ ਜੀ। ਛੋਟੀਆਂ ਫਟੀਆਂ ਬਾਜ਼ੂਆਂ ਦੀ ਫਟੀਆਂ ਪੌਂਚੇ ਬਟਨਾਂ ਵਾਲੀ ਫੱਟੀ ਇਹ ਕਾਜਾਂ ਵਾਲੀ ਬਟਨਾਂ ਵਾਲੀ ਔਰ ਦੋਵੇਂ ਕਫਾਂ ਕੱਪੜਾ ਜਿਹੜਾ ਉਹ ਵੀ ਘੋਲ ਲਿਆ ਜਾਂਦਾ ਇਸਤਰੀ ਵੀ ਲੈ ਕੇ ਆਈ ਹਾਂ ਮਿਸਤਰੀ ਨੂੰ ਪਹਿਲਾਂ ਚਲਾਉਂਦੇ ਹਾਂ ਜੀ ਅਲਹਮਦੁਲਿਲਾ ਜਿਸ ਤਰੀ ਵਿੱਚ ਚੜ ਗਈ ਹੋਈ ਖੜਦੇ ਰਹਿਣਾ ਜੀ ਸਾਰਾ ਦਿਮਾਗ ਰੱਖ ਲੈਂਦੀ ਹਾਂ ਕਿਉਂਕਿ ਸੁਬਹਾ ਫਿਰਨਾ ਜਲਦੀ ਸੂਟ ਦੇਣਾ ਸਿਲਾਈ ਹੋ ਜਾਏਗਾ ਜਲਦੀ ਕੀ ਕਿ ਸੁਬਹਾ ਫਿਰ ਸੂਟ ਸਿਲਾਈ ਹੋ ਜਾਏਗਾ ਅਗਰ ਮੈਂ ਨਾ ਕਟਾਈ ਕਰਕੇ ਰੱਖਦੀ ਔਰ ਨਾ ਖੜਦੇ ਦਿਮਾਗ ਰੱਖਣਾ ਤਾਂ ਫਿਰ ਮੁਕੰਮਲ ਸੂਟ ਦੇਣਾ ਨਹੀਂ ਸਿਲਾਈ ਹੋਣਾ ਉਹਦੀ ਰੀਜ਼ਨ ਇਹ ਹੈ ਕਿ ਤੁਹਾਨੂੰ ਪਤਾ ਹੈ ਦੋ ਬੱਚੇ ਛੋਟੇ ਨੇ ਔਰ ਉਹਨਾਂ ਦਾ ਸਾਰਾ ਦਿਨ ਜਿਹੜਾ ਕਰਦਿਆਂ ਕਰਦਿਆਂ ਲੈ ਜਾਂਦੇ ਆ ਇਸ ਵਾਸਤੇ ਨਾ ਥੋੜ੍ਹਾ ਜਿਹਾ ਟਾਈਮ ਜਲਦੀ ਨਾ ਕੱਢ ਕੇ ਨਾ ਮਸ਼ੀਨ ਦਾ ਕੰਮ ਜਿਹੜਾ ਉਹ ਕਰਨਾ ਹੁੰਦਾ ਅਤੇ ਉਸੀ ਫਿਰ ਜੀ ਗਰਮ ਹੋ ਗਈ ਹੋਈ ਫਿਰ ਖਰਚੇ ਦੇ ਮਹੀਨੇ ਉਸ ਤੋਂ ਬਾਅਦ ਰੱਖਦੇ ਹਾਂ। ਸਭ ਤੋਂ ਪਹਿਲਾਂ ਜਿਹੜੀਆਂ ਛੋਟੀਆਂ ਫਟੀਆਂ ਲਾਣੀਆਂ ਨੇ ਉਹਨਾਂ ਵਾਸਤੇ ਛੋਟੇ ਕੱਪੜੇ ਜਿਹੜੇ ਨੇ ਉਹ ਲੈ ਲਏ ਹੋਏ ਨੇ
ਅਲਹਮਦੁਲਿਲਾ ਜੀ, ਖਰਚਾ ਜਿਹੜਾ ਸਾਰਾ ਮੈਂ ਜਮਾ ਲਿਆ ਹੋਇਆ ਅਤੇ ਐਨ ਟਾਈਮ 'ਤੇ ਬੱਤੀ ਜਿਹੜੀ ਨਾ ਜੀ ਉਹ ਵੀ ਚਲੀ ਗਈ, ਚੱਕ ਪੱਖਾ ਬੰਦ ਹੋ ਗਿਆ। ਸ਼ੁਕਰ ਅਲਹਮਦੁਲਿਲਾ, ਖਰਚਾ ਜਿਹੜਾ ਉਹ ਤਾਂ ਮੁਕੰਮਲ ਹੋ ਗਿਆ, ਜੰਮ ਗਿਆ। ਖਰਚੇ ਦੂਜੇ ਮਾਂ ਕਰਾਉਂਦੇ ਹੋ ਨਾ, ਤਾਂ ਇਸ ਤਰ੍ਹਾਂ ਹੁੰਦਾ ਨਾ ਕਿ ਜਿਵੇਂ ਅੱਧਾ ਸੂਟ ਜਿਹੜਾ ਨਾ ਉਹ ਸਿਲਾਈ ਹੋ ਗਿਆ ਹੋਇਆ। ਇਹਨਾਂ ਸਾਨੂੰ ਫਿਲਹਾਲ ਜਿਹੜਾ ਜੀ ਰੱਖਣੇ ਅੰਦਰ ਕੱਪੜੇ ਸਾਰੇ ਨੂੰ, ਔਰ ਇਨਸ਼ਾਅੱਲਾ ਸੁਬਹ ਜਿਹੜਾ ਨਾ ਇਹਨੂੰ ਪ੍ਰੋਪਰ ਕਰਕੇ ਸਿਲਾਈ ਕਰਾਂਗੀ, ਬਹੁਤ ਹੀ ਪਿਆਰੀ ਜੀ ਕਰਕੇ ਇਨਸ਼ਾਅੱਲਾ ਸਿਲਾਈ ਜਿਹੜੀ ਨਾ ਤੁਹਾਡੇ ਨਾਲ ਮੁਕੰਮਲ ਸ਼ੇਅਰ ਕਰਾਂਗੀ। ਹੁਣ ਜਿਹੜਾ ਨਾ ਫਿਲਹਾਲ ਬਸ ਕਰਨੇ, ਕਿਉਂਕਿ ਟਾਈਮ ਵੀ ਕਾਫੀ ਜ਼ਿਆਦਾ ਹੋ ਗਿਆ ਹੋਇਆ, ਹਾਂਡੀ ਰੋਟੀ ਵੀ ਕਰਨੀ ਹੈ। ਇੱਥੇ ਜਿਹੜਾ ਜਿਹੜਾ ਕੱਪੜਾ ਅੱਗੇ ਬਚਿਆ ਉਹ ਵੀ ਰੱਖ ਦਿੱਤਾ, ਫਿਲਹਾਲ ਇਹ ਵੀ ਇੱਥੇ ਹੀ ਰੱਖ ਦਿੰਦੇ। ਕੱਪੜੇ ਲੈਣੇ ਜੀ ਬਿਲਕੁਲ ਵੀ ਜ਼ਿਆਦਾ ਨਹੀਂ ਹੋਣ ਦਿੱਤਾ, ਸਾਰੇ ਜਿਹੜਾ ਛੋਟੇ ਮੋਟੇ ਕੱਪੜੇ ਜਿਹੜੇ ਲਾ ਲਏ ਹੋਏ ਨੇ। ਇਹਦੇ ਮਾਸ਼ਾਅੱਲਾ ਜੀ ਮੇਰਾ ਬੇਟਾ ਜਿਹੜਾ ਉਹ ਵੀ ਉੱਠ ਗਿਆ ਹੈ। ਫੀਡ ਕਰਨੀ ਮੇਰੀ ਜਨ, ਮੇਰੀ ਜਾਨ ਦਿਓ ਤੂੰ ਦੁੱਧ ਦਿਓ, ਐਸਾ ਫਿਰੇ ਬਿਗਾ ਪਾਈ। ਇਹ ਤਾਂ ਬਹੁਤ ਮਾਰਦੀਆਂ ਫਿਰਦੀਆਂ ਜੀ। ਆਇਆ ਨਹੀਂ ਲੀਡ, ਆਇਆ ਨਹੀਂ ਸੜੀ, ਆਇਆ ਨਹੀਂ, ਆਇਆ ਸਭ ਸੜੀ ਖਰਾਬ ਹੋ ਗਈ ਹੋਈ ਹੈ। ਹੁਣ ਅੱਲਾ ਕਰੇ ਮਿਲ ਜਾਵੇ ਅਤੇ ਫਿਰ ਹੀ ਜਿਹੜਾ ਨਾ ਸਿਲਾਈ ਹੋਵੇਗਾ। ਪੀਓ ਅਤੇ ਲੇਕਿਨ ਇੱਥੇ ਦੁੱਧ ਪੇ ਫਾਇਦਾ ਜਾ ਅੱਗੇ ਕਿ ਹੋਵੋ ਇੱਥੇ ਸਾਡੀ ਸਾਈਡ 'ਤੇ। ਹਾਂਜੀ ਬੱਤੀ ਜਿਹੜੀ ਨਾ ਆ ਗਈ ਹੋਈ ਹੈ, ਪੱਖੇ ਬੱਚੇ ਜਿਹੜੇ ਨਾ ਮਹਿਫੂਜ਼ ਹੋ ਗਏ ਨੇ। ਐਦਾ ਰਾਣੀ ਦਰਵਾਜ਼ਾ ਕਰ ਬੰਦ ਕਰ, ਠੀਕ ਹੈ। ਮੈਂ ਜਾ ਰਹੀ ਹਾਂ ਜੀ ਬਾਹਰ, ਇੱਕ ਤਾਂ ਮੱਥ ਲਾਉਣੀ ਜੀ ਤੋਰੀਆਂ, ਕਿਉਂਕਿ ਸਾਲਾਂ ਬਣਾਉਣਾ ਤੁਸੀਂ ਨੰਬਰ 'ਤੇ ਲੈਣ ਸਿਰ ਪਾਣੀ ਦੇ ਜਾਣਾ, ਡੂੰਘਾ ਵੀ ਦੇ ਜਾਂਦੇ ਹਾਂ, ਦੋਵੇਂ ਦੋ ਪੁੱਤ ਰਹਿਣਗੇ ਨਾ ਉੱਥੇ ਪਤਾ ਨਹੀਂ। ਤਕਰੀਬਨ ਇਹਦੇ 3-4 ਗਲਾਸ ਜਿਹੜੇ ਨਾਲ ਪਾਣੀ ਪਾ ਜਾਂਦਾ, ਅਤੇ ਇਹਦੇ ਵਿੱਚ ਜਿਹੜਾ ਉਦੋਂ ਤੋਰੀਆਂ ਪਾ ਕੇ ਰਹੀਏ ਉਸਾ। ਲੈ ਕੇ ਚੱਲਦੇ ਹਾਂ ਜੀ, ਦਿਨ ਮਾਸ਼ਰਾਲੀ ਕਾਫੀ ਖੜਾ, ਮੈਂ ਦੱਸਦੀ ਰਹਿਣਾ ਜੀ ਵਾਪਸ ਆ ਜਾਣਾ, ਪਾਣੀ ਨੂੰ ਪਵਾਵਾਂਗੇ ਜਿਹੜੀ ਤੋਰੀਆਂ ਬਣੀਆਂ ਪੱਟ ਕੇ ਲੈ ਕੇ ਜਲਦੀ ਜਲਦੀ ਨਾਲ ਵਾਪਸ ਆ ਗਏ ਜਾ ਸਾਂ, ਔਰ ਆਉਂਦੇ ਸਾਰ ਜਿਹੜੇ ਨਾ ਹਾਂਡੀ ਰੋਟੀ ਲੱਗ ਜਾਣਾ। ਅੱਛਾ ਬੇਟਾ ਬੰਦ ਕਰ ਦਰਵਾਜ਼ਾ, ਬੰਦ ਕਰ ਲਓ, ਕਰੋ ਮੈਂ ਆ ਰਹੀ। ਅਸੀਂ ਵਾਪਸ ਆ ਕੇ ਨਾ ਜੀ ਆਉਂਦੇ ਸਾਰ ਹਾਂਡੀ ਰੋਟੀ ਨੂੰ ਲੱਗ ਪਾਉਣਾ, ਕਿਉਂਕਿ ਮੌਸਮ ਜਿਹੜਾ ਅੱਜ ਕੱਲ੍ਹ ਕਾਫੀ ਖਰਾਬ ਰਹਿੰਦਾ, ਅਤੇ ਬਾਰਿਸ਼ ਆ ਜਾਂਦੀ, ਕਦੇ ਅੰਧੇਰੀ ਆ ਜਾਂਦੀ, ਜਿਸ ਵਾਸਤੇ ਨਾ ਟਾਈਮੋ ਟਾਈਮ ਦੇ ਹਾਂਡੀ ਰੋਟੀ ਕਰਨੀ ਚਾਹੀਦੀ, ਕਿਉਂਕਿ ਸਿਲੰਡਰ ਜਿਹੜਾ ਉਹ ਵੀ ਖਤਮ ਹੋਇਆ ਹੋਇਆ, ਅਤੇ 2-3 ਦਿਨ ਹੋ ਗਏ ਨੇ, ਅਤੇ ਅੱਗ ਤੇਜ਼ ਜਿਹੜਾ ਨਾ ਹਾਂਡੀ ਰੋਟੀ ਕਰਨੀ ਪੈਂਦੀ ਪਈ ਹੈ, ਅਤੇ ਬੜੀ ਮੁਸ਼ਕਿਲ ਹੋਏਗੀ। ਹਾਂਜੀ ਮੀਆਂ ਸਾਹਿਬ ਮੇਰੇ ਕੰਮ ਕਰਦੇ ਪਏ ਨੇ, ਘਰ ਨਜ਼ਰ ਆ ਰਹੇ ਨੇ ਤੁਹਾਨੂੰ ਕਿ ਨਹੀਂ। ਬਿਲਾਲ ਫਿਲਹਾਲ ਬੈਠਾ ਹੈ, ਔਰ ਮੀਆਂ ਸਾਹਿਬ ਮੇਰੇ ਜਿਹੜੇ ਨੇ ਜੀ ਕਈ ਮਰ ਜਾਂਦੇ। ਲਓ ਜੀ ਐਡਾ ਔਖਾ ਤੂੰ ਮੇਰੇ ਪੁੱਤਰ ਨੂੰ ਕੰਮ ਕਰਵਾਈ ਜਾਂਦਾ ਸਾਰਾ, ਮੈਂ ਸੌਖਾ ਕਰਦਾ ਪਿਆ ਯਾਰ। ਤੂੰ ਤਾਂ ਫਿਰ ਵੱਡਾ ਹੈ ਅਤੇ ਮੇਰਾ ਪੁੱਤ ਹਾਲੇ ਛੋਟਾ ਜਿਹਾ, ਨਿੱਕੀ ਜਿਹੀ ਜਾਨ ਹੈ। ਹਾਂ ਠੀਕ ਹੁੰਦਾ ਪਿਆ ਕੰਮ, ਮੁਸ਼ਕਿਲ ਤਾਂ ਨਹੀਂ ਕੋਈ? ਮੁਸ਼ਕਿਲ ਤਾਂ ਫਿਰ ਹੈ, ਮੁਸ਼ਕਿਲ ਸੀਗਾ, ਮੈਂ ਕਿਸੇ ਮਨਾ ਕਰ ਦੂੰ, ਮੁਸ਼ਕਿਲ ਨਹੀਂ ਹੈ। ਚਲੋ ਬਸ ਤਾਂ ਜ਼ਰੂਰੀ ਹੈ, ਅੱਲਾਹ ਤੁਹਾਡੀ ਮਿਹਰ ਤੁਹਾਨੂੰ ਬਾਗ ਲਾਵੇ, ਅਤੇ ਥੋੜ੍ਹਾ ਜਿਹਾ ਬਸ ਹੋਰ ਕਰਕੇ ਨਾ ਤਾਂ ਬਸ ਕਰ ਦੇ, ਨਹੀਂ ਨਹੀਂ ਆਪਣੀ ਦੀਵਾਰ ਬੜੀ ਹੈ। ਮੇਰਾ ਕੰਮ ਜੋ ਨਾ ਯਹੀ ਹੈ, ਗੁਰਮਟ ਲਗਾਉਣਾ ਤਾਂ ਜੀ ਸਾਰੀ ਦੀਵਾਰ ਪਰ ਬਾਬਾ ਜਾਨ ਮਿੱਟੀ ਡਾਲਤੇ ਹੈ, ਔਰ ਮੈਂ ਜਿਹੜਾ ਆਪਣਾ ਆਪਣਾ ਕੰਮ ਜਾਰੀ ਰੱਖਾਂ। ਅਲਹਮਦੁਲਿਲਾ ਜੀ ਬਾਹਰਲੇ ਪਲਾਟ 'ਤੇ ਜਿਹੜੇ ਜੀ ਮੈਂ ਪਹੁੰਚ ਆਈ ਹਾਂ, ਔਰ ਪਾਣੀ ਮੀਂਹ ਸਬਰ ਨੂੰ ਪਵਾ ਦਿੱਤਾ ਹੈ। ਹੁਣ ਜਿਹੜੇ ਕੰਮ ਵਾਸਤੇ ਆਈ ਨੇ ਉਹ ਕਰਨੇ ਆ, ਸਭ ਤੋਂ ਪਹਿਲੇ ਦੇਖਦੇ ਹਾਂ ਜੀ ਤੋਰੀਆਂ ਅਗਰ ਮਿਲਦੀਆਂ ਤਾਂ ਠੀਕ ਹੈ, ਨਹੀਂ ਤਾਂ ਫਿਰ ਮੀਆਂ ਸਾਹਿਬ ਨੂੰ ਕਹਾਂਗੀ ਕੰਮ ਇੱਥੇ ਛੱਡ ਦਿਓ ਅਤੇ ਪਹਿਲਾਂ ਸਬਜ਼ੀ ਲਿਆ ਕੇ ਦੇ ਲਓ। ਅਤੇ ਮਾਸ਼ਾਅੱਲਾ ਤੋਰੀਆਂ ਮੈਨੂੰ ਲੱਗਦਾ ਖੜੀਆਂ ਨੇ, ਕੁਛ ਸਬਜ਼ੀ ਸਾਡੀ ਜਿਹੜੀ ਨਾ ਜੀ ਉਹ ਬਣ ਜਾਵੇਗੀ, ਮਿਹਨਤ ਹੈ, ਚੈੱਕ ਕਰੇ।
ਇਹ ਦੇਖੇ ਜੀ ਮਾਸ਼ਾਅੱਲਾ। ਅਗਰ ਇਸੇ ਤਰ੍ਹਾਂ ਮਿਲ ਗਈਆਂ ਨਾ ਤਾਂ ਸਬਜ਼ੀ ਜਿਹੜੀ ਨਾ ਉਹ ਸਾਡੀ ਬਣ ਜਾਣੀ ਹੈ। ਹੈ ਇਸ ਡੂੰਘੇ ਦੇ ਵਿੱਚ ਜਿਹੜਾ ਨਾ ਪਾਏ ਰੱਖਣ। ਵੈਲਕਮ ਬੈਕ ਜੀ, ਸੁਬਾਹ ਖੈਰ। ਰਾਤ ਨੂੰ ਜਿਹੜਾ ਜੀ ਬਾਹਰੋਂ ਵਾਪਸ ਆਈ ਤਾਂ ਫਿਰ ਆਉਂਦੇ ਸਾਰਾ ਡਿਊਟੀ ਲੱਗ ਗਈ, ਲੇਟ ਹੁੰਦੀ ਪਈ ਸੀ। ਇਸ ਵਾਸਤੇ ਨਾ ਬੱਸ ਨਾ ਮਿਲੋਗੇ ਜਿਹੜਾ ਨਾਲ ਨਹੀਂ ਬਣਾ ਸਕੀ। ਇੱਕ ਤਾਂ ਸ਼ਾਮ ਤੁਹਾਨੂੰ ਪਤਾ ਬੱਚੇ ਜਿਹੜੇ ਉਹ ਰੁਕਦੇ, ਦੂਸਰੇ ਨੰਬਰ 'ਤੇ ਜਿਹੜੇ ਨਾ ਸ਼ਾਮ ਟਾਈਮ ਵੀ ਥੋੜ੍ਹਾ ਹੁੰਦਾ, ਫਿਰ ਜਲਦੀ ਜਲਦੀ ਨਾਲ ਡਿਊਟੀ ਕਰਨੀ ਹੁੰਦੀ। ਅਤੇ ਸੁਬਹਾ ਸੁਬਹਾ ਜਿਹੜਾ ਨਾ ਆਰਾਮ ਦੇ ਰਹੇ ਜੀ, ਸਫਾਈਆਂ ਵਗੈਰਾ ਸਾਰੀਆਂ ਮੈਂ ਕਰ ਲਈਆਂ ਹੋਈਆਂ ਨੇ, ਪਰ ਦੱਸਣਾ ਇਹਨਾਂ ਜਿਹੜੇ ਸੁੱਤਾ ਪਿਆ ਫੈਜ਼ਾ ਵੀ ਉੱਠ ਗਈ ਹੈ, ਇਹਨਾਂ ਨਾਲ ਜਿਹੜੀਆਂ ਕਿਚਨ ਬਰਤਨ ਧੋਂਦੀ ਪਈ ਹੈ, ਔਰ ਮੈਂ ਜਿਹੜੀਆਂ ਨੇ ਬਣਾ ਲੈਂਦੀ ਹਾਂ ਮੱਖਣ ਪਾਣੀ ਵਾਲੇ ਵਿੱਚ ਪਾ ਦਿੱਤਾ, ਔਰ ਜਿਹੜੀਆਂ ਮਲਾਈਆਂ ਦੇ ਵਿੱਚ ਪਾ ਕੇ ਮੱਖਣ ਬਣਾ ਲੈਂਦੇ ਹਾਂ, ਔਰ ਮੱਖਣ ਬਣਾਉਂਦੇ ਹਾਂ ਸੁਬਹਾ ਸੁਬਹਾ ਪਰਾਂਠੇ, ਔਰ ਨਾ ਬਣਾਵਾਂਗੇ ਰਾਇਤਾ, ਮਜ਼ੇਦਾਰ ਲੱਗੇਗਾ ਤਾਂ ਖਾ ਲਵਾਂਗੇ। ਰਾਤ ਨੂੰ ਜਿਹੜਾ ਮਸਾਲਾ ਬਣਾਵਾਂਗੇ, ਸਾਡਾ ਰਾਤ ਨੂੰ ਮਸਾਲਾ ਬਣਾਇਆ ਜਿਹੜਾ ਮਸਾਲਾ ਲੱਗਦਾ ਸੀ ਥੋੜ੍ਹਾ, ਜਿਹਦਾ ਦਿਲ ਕੀਤਾ ਸਾਰਿਆਂ ਨੂੰ ਖਾ ਲਵਾਂਗੇ, ਜਿਹਦਾ ਦਿਲ ਕੀਤਾ ਉਹ ਰਹਿਦਾ ਨਾਲ ਖਾ ਲਵਾਂਗੇ। ਹਾਂਜੀ, ਆਰਾਮ ਦੀ ਲਾਈਟ ਨਾਲ ਮੱਖਣ ਨਿਕਲਿਆ ਹੈ, ਮੈਨੂੰ ਫਿਰ ਰੱਖ ਦਿੰਦੀ ਹਾਂ। ਔਰ ਤੇ ਬੇਟਾ ਮੇਰੇ ਰੋਂਦਾ ਪਿਆ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਸੁਣਾਉਂਦੀ ਹਾਂ, ਉਸ ਤੋਂ ਬਾਅਦ ਫਿਰ ਮੈਂ ਚੌਕਲੇਟ ਨਹੀਂ ਬਣਾਉਣਾ। ਤੁਸੀਂ ਦੁੱਧ ਪੀਣਾ? ਅੱਛਾ ਜੀ, ਦੋਵਾਂ ਦਿਨ ਦੇ ਦੁੱਧ। ਅਲਹਮਦੁਲਿਲਾ ਜੀ, ਨਾਸ਼ਤਾ ਵਗੈਰਾ ਜੀ ਕਰ ਲਿਆ ਹੋਇਆ, ਔਰ ਸਫਾਈ ਸੁਬਹਾ ਕੀਤੀ ਸੀ ਸਾਰੀ ਜੀ, ਲੇਕਿਨ ਇੱਥੇ ਜਿਹੜਾ ਨਾ ਸਾਰਾ ਫਿਰ ਕਚਰਾ ਹੋ ਗਿਆ। ਇੱਥੇ ਮੇਹ ਸਾਹਿਬ ਰਿਆ ਕਰਕੇ ਦਿਨ ਫੱਟੇ, ਅਤੇ ਉਹ ਫਿਰ ਮਿੱਟੀ ਵਾਲੇ ਹੁੰਦੇ ਨੇ, ਤਾਂ ਹੁਣ ਚੁੱਕ ਕੇ ਲੈ ਗਏ ਤਾਂ ਸਾਰਾ ਕਚਰਾ ਹੋ ਗਿਆ, ਦੁਬਾਰਾ ਫਿਰ ਤੋਂ ਬੁਖਾਰ ਮਾਰਾਂਗੇ, ਬਲਕਿ ਪੂਰੇ ਦਰਾਜ 'ਚ ਜਿਹੜਾ ਨਾ ਸਫਾਈ ਦੁਬਾਰਾ ਕਰਾਂਗੇ। ਗੈਸ ਖਤਮ ਹੋਇਆ ਹੋਇਆ ਅਤੇ ਚੁੱਲ੍ਹਾ ਇੱਥੇ ਰੱਖਿਆ ਹੋਇਆ, ਪਾਣੀ ਉੱਤੇ ਮੈਂ ਰੱਖਿਆ ਜੀ ਗਰਮ ਕਰਨ ਵਾਸਤੇ ਬੱਚਿਆਂ ਦੇ ਫੀਡਰਾਂ ਵਾਸਤੇ। ਬਹੁਤ ਜਿਹੜੀ ਹੈ ਨਾ ਜੀ ਮੌਜ ਹੈਗੀ ਸੀ ਸਿਲੰਡਰ ਦੀ, ਥੋੜ੍ਹੀ ਜਿਹੀ ਚੀਜ਼ ਬਣਾਉਣੀ ਹੁੰਦੀ ਸੀ ਜਲਦੀ ਨਾਲ ਬਣ ਜਾਂਦੀ ਸੀ, ਲੇਕਿਨ ਆਗ ਮੁਚਾਉਣੀ ਜਿਹੜੀ ਨਾ ਉਹ ਬਹੁਤ ਹੀ ਮੁਸ਼ਕਿਲ ਹੈ ਤੁਹਾਨੂੰ ਪਤਾ। ਅਤੇ ਹੁਣ ਆਇਆ ਥੋੜ੍ਹੀ ਜਿਹੀ ਵਿੱਚ ਅੱਗ ਹੈਗੀ ਸੀ, ਕਿਉਂਕਿ ਹੁਣ ਮੈਂ ਦੁੱਧ ਕੱਢ ਰੱਖਿਆ ਨਾ ਅਤੇ ਵਿੱਚ ਅੱਗ ਪਈ ਹੈ, ਮੈਂ ਚੱਲ ਉੱਤੇ ਪਾਣੀ ਰੱਖ ਦੇਵਾਂ ਬੱਚਿਆਂ ਦੇ ਜਿਹੜੇ ਫਿਲਰ ਨਾ ਉਹ ਧੋ ਕੇ ਸਾਫ਼ ਕਰ ਦੇਣਾ, ਫਿਰ ਉਹਨਾਂ ਨੂੰ ਫਿਲਰ ਦੇਵਾਂ, ਫਾਇਦਾ ਜਿਹੜੀ ਹੈ ਨਾ ਉਹ ਨਹੀਂ ਰੁਕਦੀ ਫਿਲਰ ਜਿੱਤ ਬਣਾ ਪੀਵੇ। ਹਾਲਾਂਕਿ ਸਾਡੇ ਨਾਲ ਬਹਿ ਕੇ ਮਾਸ਼ਾਅੱਲਾ ਰੋਟੀ ਵੀ ਖਾਂਦੀ ਹੈ, ਲੇਕਿਨ ਜਿੱਦਾਂ ਤੱਕ ਉਹਨਾਂ ਦੀ ਫਿਲਰ ਨਾ ਮਿਲੇ ਉਹਨੂੰ ਸਕੂਨ ਨਹੀਂ ਹੁੰਦਾ। ਬਾਹਰ ਆ ਜਿਹੜਾ ਨਾ ਬਹੁਤ ਹੀ ਜ਼ਿਆਦਾ ਧੁੱਪ ਨਿਕਲੀ ਖੋਤੀ ਹੈ, ਮੀਆਂ ਸਾਹਿਬ ਔਰ ਮੁਹੰਮਦ ਬਿਲਾਲ ਦੋਵੇਂ ਗਏ ਹੋਏ ਨੇ ਬਾਹਰ, ਅੱਲਾ ਮਿਹਰਬਾਨੀ ਕਰੇ, ਲੇਕਿਨ ਮੈਂ ਉਹਨਾਂ ਆਖਿਆ ਕਿ ਅੱਜ ਦੀ ਦਿਹਾੜੀ ਬਿਲਾਲ ਨਾਲ ਲਾ ਲਾ, ਕਿਉਂਕਿ ਫਿਰ ਉਹਨਾਂ ਛੁੱਟੀਆਂ ਜਿਹੜੀਆਂ ਖਤਮ ਹੋਣੀਆਂ, ਉਹਨਾਂ ਕੰਮ ਲਿਖਣਾ, ਅਤੇ ਸੁਬਹ ਤੋਂ ਅਗਾਂਹ ਜਿਹੜਾ ਨਾ ਆਪ ਤੁਸੀਂ ਕੰਮ ਕਰੋ ਜਿਹੜਾ ਥੋੜ੍ਹਾ ਬਹੁਤ ਆਉਂਦਾ ਰਹੇ। ਚਲੋ ਠੀਕ ਹੈ, ਲੇਕਿਨ ਅੱਜ ਜਿਹੜੀ ਨਾ ਪਰਲੀ ਦੀ ਵਾਰ ਕਰਨਗੇ ਅਤੇ ਬਸ ਉਸ ਤੋਂ ਬਾਅਦ ਨਾ
ਫਿਰ ਬਿਲਾਲ ਘਰ ਰਹੇਗਾ ਔਰ ਮੀਆਂ ਸਾਹਿਬ ਜਿਹੜੇ ਨਾ ਉਹ ਇਕੱਲੇ ਜਾਵਣਗੇ ਔਰ ਮੈਨੂੰ ਆਸਾ ਟਾਈਮ ਨਾ ਅਜੇ ਕੋਈ ਚੌਕੀ ਦੇ ਕੇ ਨਾ ਅਤੇ ਇਹਨਾਂ ਨੂੰ ਪਾਣੀ ਛਾਣ ਡਾਵਾਂਗੀ। ਪਤਾ ਨਹੀਂ ਨਿੰਬੂਆਂ ਨੂੰ ਕੀ ਮਸਲਾ ਹੈ, ਜਿੱਦਾਂ ਨਾ ਬੂੜਾ ਲੱਗਦਾ ਇਹਦਾ ਸਾਰਾ ਡਿੱਗ ਜਾਂਦਾ ਹੈ ਔਰ ਨਿੰਬੂ ਜਿਹੜਾ ਨਾ ਬਿਲਕੁਲ ਵੀ ਨਹੀਂ ਲੱਗ ਰਿਹਾ। ਇਹ ਕੀ ਵਜ੍ਹਾ ਹੈ ਇਹਦੀ, ਅਗਰ ਤੁਹਾਨੂੰ ਪਤਾ ਹੋਵੇ ਨਾ ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ ਹੈ ਕਿ ਇਹਨਾਂ ਨਾਲ ਕੀ ਕਰੀਏ, ਇਹਦਾ ਕੀ ਹੱਲ ਹੈਗਾ ਕਿ ਨਿੰਬੂ ਜਿਹੜਾ ਨਾ ਬੂਰਾ ਹੈ ਉੱਤੇ ਟਿਕਾਵੇ ਔਰ ਨਿੰਬੂ ਜਿਹੜਾ ਨਾ ਬਣਦੇ ਰਹੇ। ਇਹ ਦੇਖੇ ਨਾ, ਆਹ ਇਹ ਦੇਖੇ ਛੋਟੇ ਛੋਟੇ ਲੱਗਦੇ ਹੈ ਲੇਕਿਨ ਸਾਰੇ ਡਿੱਗ ਜਾਂਦੇ ਨੇ, ਪਤਾ ਨਹੀਂ ਕੀ ਮਸਲਾ ਜੀ। ਇਹ ਦੇਖੇ ਔਰ ਇੱਕ ਛੋਟਾ ਜਿਹਾ ਥੱਲੇ ਖੜਾ, ਲੇਕਿਨ ਬਾਕੀ ਨਾ ਕਿਸੇ ਬੱਚਿਆਂ ਬੁੱਚਿਆਂ ਨੇ ਪੱਟ ਲਏ ਹੋਏ ਨੇ, ਕੁਝ ਜਿਹੜਾ ਲਾਰੀਆਂ ਨੇ ਖਾ ਲਏ ਹੋਏ ਨੇ, ਕੁਝ ਬੱਚਿਆਂ ਬੁੱਚਿਆਂ ਨੇ ਪੱਟ ਕੇ ਖਾ ਲਏ ਹੋਏ ਨੇ। ਪਾਈ ਦੇ ਕੱਪੜੇ ਨੇ ਫਿਰੋਜ਼ੀ, ਉਹਨਾਂ ਨੇ ਇਸਤਰੀ ਮਾਰਾ, ਮੈਂ ਨਵਾਰ ਰੋਂਦਾ ਬੜਾ ਪਿਆ। ਮਾਲਿਸ਼ ਕੀਤੀ ਇਹਨਾਂ ਪਤਾ ਨਹੀਂ ਬਿੱਤੀ ਬੱਤੀ ਚਲੀ ਗਈ ਆਈ, ਹਾਲਾਂਕਿ ਮੈਂ ਹੱਥ ਪੱਖਾ ਚੱਲਦੀ ਹੋਈ ਇਹਨਾਂ ਤਾਂ ਘਬਰਾ ਗਿਆ ਨੀ। ਮੈਂ ਨਵਾ ਲਵਾਂ ਜਲਦੀ ਨਾ ਕੱਪੜੇ, ਕਿਆ ਹੋਆ ਹੈ ਕਿਆ ਹੈ, ਚੱਲ ਦੇ ਦੇ ਕਰੇ ਫੜਾ ਉਸ ਫੜਾ ਦੇ ਫੜਾ ਦੇ ਜਲਦੀ ਨਾ ਫਿਰੋਜ਼ੀ ਕੱਪੜੇ ਲੈਂਦੇ ਨੇ ਉਹਨਾਂ ਇਸਤਰੀ ਬਵਾ ਮੈਡਮ ਮਾਰ। ਹਾਂਜੀ ਦੋਵਾਂ ਬੀਬੀਆਂ ਨਾਲ ਨਵਾ ਕੇ ਫਿਡਰ ਪਵਾ ਕੇ ਸਮਾ ਦਿੱਤਾ ਜੀ, ਰਹਿ ਗਈ ਹੁਣ ਸਿਰਫ ਫੈਜ਼ਾ। ਇਹਦੇ ਬਾਅਦ ਇਹਨਾਂ ਮੈਂ ਕੁੰਜਨੀ ਹਾਂ, ਇਹਨੇ ਜਿਹੜੇ ਪੁੱਤ ਸ਼੍ਰੀ ਲਾਉਂਦੇ ਹਾਂ ਔਰ ਉਸ ਤੋਂ ਬਾਅਦ ਇਹਨਾਂ ਕੁਛ ਵਿਹਲੇ ਹੋਵਾਂਗੇ। ਅਤੇ ਹਾਂਜੀ ਅਤੇ ਅੱਜ ਦੀ ਜਿਹੜੀ ਉਹ ਵੀ ਮੈਂ ਇੱਥੇ ਖਤਮ ਕਰਨੀ ਹੈ ਕਿਉਂਕਿ ਕੱਲ੍ਹ ਦਾ ਵੀਡੀਓ ਜਿਹੜਾ ਸ਼ੁਰੂ ਹੋਇਆ ਹੈ ਅਤੇ ਕੱਲ੍ਹ ਫਿਰ ਸ਼ਾਮ ਇਹਨਾਂ ਕੱਲ੍ਹ ਫਿਰ ਇਹਨਾਂ ਨੇ ਸ਼ਾਮ ਨੇ ਵੀਡੀਓ ਬਣਾ ਸਕੀਏ ਅਤੇ ਇਸ ਵਾਸਤੇ ਇਹਨਾਂ ਮੈਂ ਚੱਲ ਸੁਬਹ ਦੀ ਰੂਟੀਨ ਥੋੜ੍ਹੀ ਜਿਹੀ ਰਾਸ਼ੀ ਹੋਈ ਕਰਦੇ ਵੀ ਔਰ ਇਹਨਾਂ ਵਲੋਗ ਵੀ ਪੂਰਾ ਹੋਇਆ ਸੀ। ਅਤੇ ਅੱਜ ਦੀ ਜਿਹੜੀ ਉਹ ਮੈਂ ਇੱਥੇ ਖਤਮ ਕਰਨੀ ਹੈ, ਇਨਸ਼ਾਅੱਲਾ ਮਿਲਾਂਗੇ ਸੁਬਹ ਇੱਕ ਨਵੀਂ ਜੀ ਪਿਆਰੀ ਜੀ ਯੂਨੀਕ ਜੀ ਵੀਡੀਓ ਦੁਬਾਰਾ। ਉੱਥੋਂ ਤੱਕ ਆਪਣੀ ਪਿਆਰੀ ਕੋ ਦਿਓ ਜੀ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ, ਦੁਆਵਾਂ ਯਾਦ ਰੱਖਣਾ ਹੈ। ਅੱਲਾ ਫਿਰ ਜੀ ਰਾਣੀ ਗੇਮਰ ਔਰ ਚੈਨਲ ਨੂੰ ਲਾਈਕ ਵੀ ਸਬਸਕ੍ਰਾਈਬ ਕਰ ਦੇਣਾ, ਵੀਡੀਓ ਲਾਈਕ ਔਰ ਸ਼ੇਅਰ ਵੀ ਕਰ ਦੇਣਾ। ਅਤੇ ਮੀਆਂ ਸਾਹਿਬ ਔਰ ਮੇਰਾ ਬੇਟਾ ਦੋਵੇਂ ਧੁੱਪ ਦੇ ਉੱਤੇ ਲੱਗੇ ਪਏ ਨੇ, ਮੈਂ ਕਿਆ ਕਰੂੰ, ਮੇਰੇ ਵੱਸ ਨਹੀਂ ਕੋਈ ਚੀਜ਼ ਵੀ, ਚੈੱਕ ਕਰੇ ਉਹ ਫਿਰ।